ਮੇਰੇ ਵੱਲੋਂ ਸਾਰਿਆਂ ਸਾਸਰੀਕਾਲ ਤੁਹਾਡਾ ਸਵਾਗਤ ਹੈ ਵਰਿੰਦਰ ਦੀsੋਈ ਵਿੱਚ ਤੇ ਅੱਜ ਅਸੀਂ ਆਪਣੀ ਰਸੋਈ ਵਾਸਤੇ ਇੱਕ ਨਵੀਂ ਚੀਜ਼ ਮੰਗਾਈ ਹੈ ਤੇ ਅਸੀਂ ਰੈਸਪੀ ਨਹੀਂ ਬਣਾ ਰਹੇ ਇਹਨੂੰ ਖੋਲਾਂਗੇ ਜੋ ਆ ਡੱਬਾ ਤੇ ਨਾਲ ਤੁਹਾਨੂੰ ਦੱਸਦੇ ਆ ਇਹਦੇ ਵਿੱਚ ਕੀ ਹੈ ਤੇ ਚਲੋ ਹੁਣ ਅਸੀਂ ਡੱਬੇ ਨੂੰ ਖੋਲਦੇ ਆ ਦਿਖਾਣੇ ਤੁਹਾਨੂੰ ਇਹਦੇ ਵਿੱਚ ਕੀ ਹੈ ਆਲੋ ਜੀ ਇਹਦੇ ਵਿੱਚ ਹੈਗਾ ਸਿੰਗਲ ਬਰਨਰ ਵਾਲਾ ਚੁੱਲਾ ਪੈਕਿੰਗ ਜਿਹੜੀ ਹੈ ਬਹੁਤ ਜ਼ਬਰਦਸਤ ਕੀਤੀ ਹੋਈ ਹੈ ਇਹਨਾਂ ਨੂੰ ਸਾਈਡ ਤੇ ਰੱਖ ਲਾਂਗੇ ਏਸੀ ਮੰਗਾਇਆ ਹੈਗਾ ਆਨਲਾਈਨ Amazon ਤੋਂ ਮੰਗਵਾਇਆ ਤੇ ਹੁਣ ਅਸੀਂ ਇਹਨੂੰ ਇਸ ਯਨੂਲੇ ਫਾਰਟੇ ਚ ਬਾਹਰ ਕੱਢਾਂਗੇ ਤੇ ਏਸੀ ਹੁਣ ਖੋਲ ਲੀਏ ਪੈਕਿੰਗ ਤੇ ਇਹ ਹੈਗਾ ਵਾਰੰਟੀ ਕਾਰਡ ਤੇ ਜਿਹੜੀ 1 ਸਾਲ ਦੀ ਵਾਰੰਟੀ ਸਾਨੂੰ ਮਿਲੀ ਹੈ ਤੇ ਇਹ ਜਿਹੜੀ ਹੈਗੀ ਐ ਇਹਦੇ ਵਿੱਚ ਬਾਕੀ ਜਿਹੜੇ ਹੋਰ ਚੁੱਲ੍ਹੇ ਨੇ ਉਹਨਾਂ ਦੀ ਸਾਰੇ ਦੱਸਿਆ ਹੋਇਆ ਤਿੰਨ ਬਰਨਰ ਵਾਲਾ ਵੀ ਹੈ ਸਾਰਾ ਡਿਟੇਲ ਦਿੱਤੀ ਹੋਈ ਹੈ ਤੇ ਮੰਗਾ ਸਕਦੇ ਆਂ ਤੇ ਹੁਣ ਅਸੀਂ ਇਹਨੂੰ ਖੋਲਦੇ ਆਂ ਤੇ ਇਹ ਹੈਗਾ ਮਾਕੀਜੋ ਕੰਪਨੀ ਦਾ ਹੈਗਾ ਤੇ ਇਹ ਅਸੀਂ ਪੈਕਿੰਗ ਤੇ ਸਾਰੀ ਖੋਲ ਲਈ ਐ ਤੇ ਇਹਦੇ ਵਿੱਚ ਉੱਪਰ ਵਾਲਾ ਸਟੈਂਡ ਹੈ ਹੀ ਨੀਗਾ ਤੇ ਡੱਬੇ ਵਿੱਚ ਵੀ ਅਸੀਂ ਦੇਖ ਲਿਆ ਤੇ ਪੂਰਾ ਸਮਾਨ ਸਾਨੂੰ ਇਹਦੇ ਵਿੱਚ ਦੇਖ ਨਹੀਂ ਰਿਹਾ ਹੈਗਾ ਤੇ ਚਲੋ ਲੱਭਦੇ ਆ ਕਿੱਥੇ ਹੈਗਾ ਆਲੋ ਇਹਦਾ ਸਟੈਂਡ ਜਿਹੜਾ ਹੈ ਉਹ نیچے ਹੈ ਤੇ ਅਸੀਂ ਤਾਂ ਡਰ ਗਏ ਵੀ ਪੂਰਾ ਸਮਾਨ ਨਹੀਂ ਹੈਗਾ ਸਾਰੀ ਪੈਕਿੰਗ ਨਹੀਂ ਹੈਗੀ ਵਿੱਚ ਪਹਿਲਾਂ ਦੇਖਣ ਤੋਂ ਲੱਗ ਰਿਹਾ ਕਿ ਸੀਗਾ ਵੀ ਸਟੈਂਡ ਨਾਲ ਨਹੀਂ ਹੈਗਾ ਇਹ نیچے ਵਾਲੀ ਸਾਈਡ ਤੇ ਪੈਕ ਕੀਤਾ ਹੋਇਆ ਤੇ ਥੋੜਾ ਬਲੇਡ ਜਿਹੜਾ ਬਹੁਤ ਜ਼ਿਆਦਾ ਤਿੱਖਾ ਹੈਗਾ ਤੇ ਮੈਂ ਥੋੜਾ ਡਰਦਿਆਂ ਡਰਦਿਆਂ ਕੱਟਦੀ ਪਈ ਸੀਗੀ ਤੇ ਚਲੋ ਜੀ ਇੱਦਾਂ ਸੀ ਇਹਨੂੰ ਸੈੱਟ ਕਰਾਂਗੇ ਹੋਣ ਹੋਇਆ ਪੂਰੀ ਸੈਟਿੰਗ ਇਹਦੀ ਇਹਦਾ ਬਰਨਰ ਜਿਹੜਾ ਪਿੱਤਲ ਦਾ ਆ ਤੇ ਬਹੁਤ ਵਧੀਆ ਜਿਵੇਂ ਪਹਿਲਾਂ ਲੋਹੇ ਦੇ ਵੀ ਆਂਦੇ ਆ ਬਰਨਰ ਪਰ ਇਹ ਵਧੀਆ ਚੀਜ਼ ਐ ਤੇ ਇਹ ਜਿਹੜਾ ਸਟੈਂਡ ਆ ਇਹ ਵੀ ਵਧੀਆ ਐ ਤੇ ਮੈਨੂੰ ਆਨਲਾਈਨ ਮੈਂ ਦੇਖਿਆ ਸੀਗਾ ਮੈਨੂੰ ਇਹੀ ਕੱਚ ਵਾਲਾ ਜਿਹੜਾ ਗੈਸ ਚੁੱਲਾ ਇਹ ਵਧੀਆ ਲੱਗਾ ਸੀਗਾ ਤਾਂ ਕਰਕੇ ਮੈਂ ਚਲੋ ਇਹੀ ਮੰਗਾਨੇ ਆ ਤੇ ਹੁਣ ਅਸੀਂ ਇਹਨੂੰ ਬਟਨ ਤੋਂ ਦੇਖਦੇ ਆਂ ਇਹ ਬਹੁਤ ਹੀ ਵਧੀਆ ਹੈ ਸਮੂਦ ਆ ਬਹੁਤ ਹੀ ਸੌਫਟ ਹੈ ਬਟਨ ਤੇ ਪਰ ਇਹ ਆਟੋਮੈਟਿਕ ਨਹੀਂ ਹੈਗਾ ਜੁਲਾ ਇਹ ਸਾਨੂੰ ਉਹਦੇ ਨਾਲ ਲਾਈਟਰ ਨਾਲ ਹੀ ਚਲਾਉਣਾ ਪਏਗਾ ਇਹਦੀ ਸਫਾਈ ਕਰਨੀ ਥੋੜਾ ਸੁੱਕੀ ਹੋ ਜਾਂਦੀ ਹੈ ਪਰ ਇਹ ਹੈਗਾ ਵੀ ਜਦੋਂ ਇਹਨੂੰ ਅਸੀਂ ਜਦੋਂ ਆਪਾਂ ਕੋਈ ਕੰਮ ਕਰ ਰਹੇ ਹਾਂ ਇੱਕਦਮ ਗਿੱਲੇ ਕੱਪੜੇ ਨਾਲ ਨਾ ਕਰੋ ਥੋੜਾ ਜੁਲਾ ਜਿਹੜਾ ਠੰਡਾ ਹੋ ਜੇ ਫਿਰ ਇਹਦੀ ਸਫਾਈ ਕਰਨੀ ਹੈਗੀ ਆ ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਤੇ ਇਹ ਦਾ ਜਿਹੜਾ ਕੀਮਤ ਹੈ ਉਹ ਹੈਗੀ ਆ 1000 ਰੁਪਿਆ ਤੇ ਜੇ ਤੁਸੀਂ ਵੀ ਮੰਗਾਣਾ ਚਾਹੋ ਤੇ ਲਿੰਕ ਅਸੀਂ نیچے ਦੇ ਦਾਂਗੇ ਤੇ ਚਲੋ ਜਲਦ ਤੋਂ ਜਲਦੇ ਹੁਣੇ ਅਸੀਂ ਵੀਡੀਓ ਬਣਾਉਣ ਦੀ ਤਿਆਰੀ ਕਰਦੇ ਆ ਤੇ ਮਿਲਦੇ ਹਾਂ ਉਸ ਤੋਂ ਬਾਅਦ ਜਿਹੜੇ ਆ ਹੈਗੇ نیچے ਵੀ ਮਟੀਰੀਅਲ ਬਹੁਤ ਵਧੀਆ ਲੱਗਿਆ ਹੋਇਆ ਸਾਰਾ ਵਧੀਆ ਹੈ ਕਈ ਵਾਰੀ ਥੋੜਾ ਹੁੰਦਾ ਟਾਈਮ ਪਾਸ ਜਾਈ ਤੇ ਇਹ ਜਿਹੜੇ ਇਹਦੇ نیچے ਦਿੱਤੇ ਹੋਏ ਰਬੜ ਵਾਲੇ ਨੇ ਪਾਵੇ ਜੇ ਮੇਰੇ ਵੱਲੋਂ ਸਾਰਿਆਂ ਸਤਿ ਸ੍ਰੀ ਅਕਾਲ